ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜੇ ਹੁਣ ਦੀ ਪਹਿਲੀ ਵੱਡੀ ਖਬਰ ਦੇ ਬੱਲ ਸੁੱਧ ਮੁਸੇਬਾਲਾ ਨੂੰ ਪੁਲਸ ਬਾਲੇ ਨੇ ਕਿਹਾ ਆਤਵਾਦੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਦੇਖ ਆ ਪੜ ਕੇ ਫੈਨਜ ਤਾਂ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਆਏ ਦਰਨਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹਾਲਾਂਕਿ ਕੁਝ ਵੀਡੀਓ ਲੋਕਾਂ ਨੂੰ ਹਸਾਉਂਦੇ ਹਨ ਤੇ ਕੁਝ ਵੀਡੀਓ ਹੈਰਾਨ ਕਰ ਦਿੰਦੇ ਹਨ ਤੇ ਇਹ ਸਭ ਵਿਚਾਲੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇ ਜਿਹਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਪੰਜਾਬੀ ਗਾਇਕ ਸੁਧਮੂਸ ਬੜ ਦੇ ਪ੍ਰਸ਼ੰਸਕਾਂ ਬੁਰੀ ਤਰ੍ਹਾਂ ਦੇ ਨਾਲ ਭੜਕੋਟੇ ਹਨ ਆਖਰ ਇਹ ਵੀਡੀਓ ਦੇ ਵਿੱਚ ਅਜੀਹਾ ਕੀ ਹੈ ਜਿਸ ਨੂੰ ਦੇਖ ਮਰਹੂਮਾ ਮੂਸ ਬੜਾ ਗਾयक ਦੇ ਪ੍ਰਸ਼ਾਂਸ਼ਕ ਆਪਣਾ ਗੁੱਸਾ ਕੱਢ ਰਹੇ ਹਨ ਤੁਹਾਨੂੰ ਦੱਸ ਰਿਹਾ ਕਿ ਇਹ ਵੀਡੀਓ ਝਾਰਖੰਡ ਦਾ ਦੱਸਿਆ ਜਾ ਰਿਹਾ ਹੈ ਇਸ ਵਿੱਚ ਇੱਕ ਪੁਲਿਸ ਅਧਿਕਾਰੀ ਬੁਲਟਾ ਮੋਟਰਸਾਈਕਲ ਤੇ ਜਾ ਰਹੇ ਲੜਕੇ ਅਤੇ ਲੜਕੀ ਨੂੰ ਘੇਰ ਲੈਂਦਾ ਤੇ ਇਸ ਦੌਰਾਨ ਉਹ ਦੋਵਾਂ ਦੇ ਕੋਲੋਂ ਹੈਲਮਟ ਬਾਰੇ ਪੁੱਛਦਾ ਜਦੋਂ ਉਸ ਦੀ ਨਜ਼ਰ ਬੁਲਟਾ ਬਾਈਕ ਤੇ ਪੈਂਦਾ ਤਾਂ ਉਹ ਸੁਧਮੂਸ ਵੱਲ ਦੀ ਤਸਵੀਰ ਦੇਖ ਗੁੱਸੇ ਵਿੱਚ ਆ ਜਾਂਦਾ ਤੇ ਸੁਧਮੂਸ ਵੱਲ ਦੀ ਤਸਵੀਰ ਦੇਖਾ ਉਹ ਕਹਿੰਦਾ ਕਿ ਤੁਸੀਂ ਇਸ ਨੂੰ ਆਪਣਾ ਆਈਡਲ ਮੰਨਦੇ ਹੋ ਤੇ ਇਸਨੂੰ ਅਤਵਾਦੀ ਮੰਨਦੇ ਹੋ ਪੁਲਿਸ ਵਾਲੇ ਦੇ ਭੱਲੋਂ ਸੁਧਮੂਸਬਾ ਨੂੰ ਅਤਵਾਦੀ ਕਹਿਣਾ ਪ੍ਰਸ਼ੰਸ਼ਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਤੇ ਜਸਤ ਬਾਦ ਐਸਾ ਵੀਡੀਓ ਨੇ ਬਾਹਰਲੇ ਹੁੰਦੇ ਤੇਲ ਕਮ ਚਾਦ ਦਿੱਤਾ ਹੈ ਅਗਲੀ ਖਬਰ ਹੈ ਸੀਮਾਨ ਦੇ ਵੱਲੋਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਸਲਿਆਂ ਦੇ ਹੱਲ ਦੇ ਲਈ ਮੀਟਿੰਗਾਂ ਬਕਾਇਏ ਮਾਨਪਾ ਤਦਲੇ 3 ਕਰੋੜ ਰੁਪਏ ਜਾਰੀ ਪੰਜਾਬ ਸਰਕਾਰ ਦੇ ਵੱਲੋਂ ਆਂਗਣਵਾੜੇ ਵਰਕਰਾਂ ਦੇ ਬਕਾਇਆ ਤਨਖਾਹ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਆ ਬਾਲ ਵਿਕਾਸ ਕੌਂਸਲ ਦੇ ਤਿੰਨ ਬਲਾਕਾਂ ਵਿੱਚ ਕੰਮ ਕਰਦੇ ਆਂਗਣਵਾੜੇ ਵਰਕਰਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਅਕਤੂਬਰ ਮਹੀਨੇ ਤੋਂ ਬਕਾਇਆ ਤਨਖਾਹਾਂ ਦੇ ਅਦਾਇਗੀ ਦੇ ਲਈ 3 ਕਰੋੜ 9 ਲੱਖ ਰੁਪਏ ਜਾਰੀ ਕੀਤੇ ਗਏ ਹਨ ਆਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਦੇ ਅਸਤੀ ਨੇ ਕਨੇਡਾ ਵਚਿਆ ਕਰਵਾਈ ਬੱਲੇ ਬੱਲੇ ਪੁਲਿਸ ਅਫਸਰਾਂបាន ਵਧਾਇਆ ਪੰਜਾਬੀਆਂ ਦਾ ਮਾਣ ਤਾਂ ਦੋਸਤੋ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲਤੇ ਵਿਦੇਸ਼ਾਂ ਦੇ ਵਿੱਚ ਆਪਣੀ ਤਾਕਤ ਜਮਾਈ ਇਹਦੀ ਤਾਜ਼ਾ ਮਿਸਾਲ ਰਾਏਕੋਟ ਦੇ ਵਿੱਚ ਦੇਖਣ ਨੂੰ ਮਿਲੀ ਹੈ ਐਸਾ ਇਹ ਸ਼ਹਿਰ ਦੀ ਬਸਨੀਕ ਸਮਨਦੀਪ ਔਰ ਤਾਲੀਬਾੜ ਨੇ ਕੈਨੇਡਾ ਦੇ ਸ਼ਹਿਰ ਸ਼ਰੀ ਦੇ ਵਿੱਚ ਪੁਲਿਸ ਸਬੰਧਕ ਦੇ ਕ੍ਰਾਈਮ ਬ੍ਰਾਂਚ ਦੇ ਵਿੱਚ ਫੈਡਰਲ ਪੀਸ ਅਧਿਕਾਰੀ ਦੇ ਬਜੋ ਨੌਕਰੀ ਹਾਸਲ ਕੀਤੀ ਹੈ ਇਹਦੇ ਨਾਲ ਉਸਨੇ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦਾ ਸਰ ਰਮਨ ਦੇ ਨਾਲ ਉੱਚਾ ਕੀਤਾ ਐਸਸ ਸੰਬੰਧੀ ਜਾਣਕਾਰ ਦਿੰਦਿਆਂ ਸਮਨਦੀਪ ਔਰ ਢਾਲੀਬਾਲ ਦੇ ਪਿਤਾ ਜਗਜੀਤ ਸੰਘਾ ਢਾਲੀਬਾਲ ਨੇ ਦੱਸਿਆ ਕਿ ਉਹਨਾਂ ਦੇਤੀ ਸਮਨਦੀਪ ਔਰ 2016 ਦੇ ਵਿੱਚ ਪੜ੍ਹਾਈ ਦੇ ਲਈ ਕੈਨੇਡਾ ਗਈ ਸੀ ਅਗਲੀ ਖਬਰ ਸਰਬਸੰਮਤੀ ਦੇ ਨਾਲ ਪੰਚਾਇਤ ਚੋਣ ਵਾਲੇ ਪਿੰਡ ਦੇ ਲਈ ਸੀਐਮ ਭਗਵੰਤ ਮਾਨ ਨੇ ਕੀਤਾ ਇਹ ਵੱਡਾ ਐਲਾਨ ਤਾਂ ਉਸ ਤੋਂ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਚਾਇਤ ਅਤੇ ਸਰਪੰਚ ਦੀ ਚੋਣ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਸੀਐਮ ਨੇ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਕੋਈ ਪਿੰਡ ਸਰਪੰਚ ਦੀ ਚੋਣਾਂ ਸਰਬਸੰਮਤੀ ਦੇ ਨਾਲ ਕਰਦਾ ਹੈ ਤਾਂ ਉਸ ਪਿੰਡ ਨੂੰ 5 ਲੱਖ ਰੁਪਏ ਇਨਾਮ ਦੇ ਵਜੋਂ ਦਿੱਤਾ ਜਾਵੇਗਾ ਸੀਐਮ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਮੈਂ ਪਿੰਡਾਂ ਨੂੰ ਵਿਕਾਸ ਵੱਲ ਹੁਰੇ ਤੇਜੀ ਦੇ ਨਾਲ ਲੈ ਕੇ ਜਾਣ ਵਾਲੇ ਆਦੇਸ਼ ਜਾਰੀ ਕੀਤੇ ਹਨ ਜਿਵੇਂ ਮੈਂ ਕਿਹਾ ਸੀ ਕਿ ਜਿਹੜੇ ਪਿੰਡ ਸਰਬਸੰਮਤੀ ਦੇ ਨਾਲ ਪਿੰਡ ਦੇ ਪੰਚਾਇਤਾਂ ਤੇ ਸਰਪੰਚਰੀ ਚੋਣ ਕਰਨਗੇ ਤੇ ਉਸਾ ਪੰਚਾਇਤ ਨੂੰ ਮੁੱਖ ਮੰਤਰੀ ਪਿੰਡ ਏਕਤਾ ਸਨਮਾਨ ਦੇ ਵਜੋਂ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ ਮੈਨੂੰ ਉਮੀਦ ਹੈ ਕਿ ਬਾਦੂ ਤੋਂ ਬਾਅਦ ਦਾ ਪਿੰਡ ਐਸਾ ਵੈਚ ਸਾਡੇ ਫੈਸਲੇ ਨੂੰ ਲਾਗੂ ਕਰਨਗੇ ਤੇ ਕਿਸੇ ਸਿਆਸੀ ਪਾਰਟੀ ਦੇ ਥਾਂ ਪਿੰਡ ਦੇ ਸਰਪੰਚ ਦੀ ਚੋਣ ਕਰ ਪਿੰਡਾਂ ਨੂੰ ਵਿਕਾਸ ਦੇ ਵੱਲ ਲੈ ਕੇ ਜਾਣਗੇ ਇੱਕ ਵਾਰ ਫਿਰ ਅਬਵਾਦਾਂ ਦੇ ਵਿੱਚ ਆ ਗਏ ਸਾਬਕਾ ਵਿਧਾਇਕ ਸਮਰਜੀਤ ਸਿੰਘਾ ਬੈਂਸ ਤਾਂ ਦੋਸਤੋ ਲੋਕ ਇਨਸਾਫਾ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਮਰਜੀਤ ਸਿੰਘਾ ਸੰਘਾ ਬੈਂਸ ਇੱਕ ਵਾਰ ਫਿਰ ਅਬਵਾਦਾਂ ਦੇ ਵਿੱਚ ਕਰ ਗਏ ਹਨ ਜਾਣਕਾਰ ਦੇ ਅਨੁਸਾਰ ਪੁਲਿਸ ਨੇ ਸਮਰਜੀਤ ਸੰਘਾ ਬੈਂਸ ਦੇ ਕਰੀਬੀ ਨਿਸ਼ਾਨ ਸੰਘਾ ਖਿਲਾਫ ਕੇਸ ਦਰਜ ਕਰ ਲਿਆ ਤੇ ਹੱਦ ਦੇ ਨਾਲ ਹੀ ਉਹਦੀ ਗ੍ਰਿਫਤਾਰੀ ਦੇ ਲਈ ਵੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਾਣਕਾਰ ਦੇ ਅਨੁਸਾਰ ਈਸ਼ਰ ਨਗਰ ਤੋਂ ਸਿਮਰਾਣਾ ਪੈਲੇਸ ਅਤਾ ਕਾ ਗ੍ਰੀਨ ਪਾਰਕਾ ਬਣਾਇਆ ਜਾ ਰਿਹਾ ਪਰ ਕੌਜਾ ਲੋਕ ਇਹਦਾ ਵਿਰੋਧਾ ਕਰ ਰਹੇ ਹਾਂ ਤੇ ਬੀਤੇ ਦਿਨੀ ਜਦੋਂ ਉੱਥੇ ਕੰਮ ਚੱਲ ਰਿਹਾ ਸੀ ਤਾਂ ਨਿਸ਼ਾਨ ਸਿੰਘ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਿਆ ਤੇ ਮਜ਼ਦੂਰਾਂ ਨੂੰ ਕੰਮ ਬੰਦਾ ਕਰਨ ਦੇ ਧਮਕੇ ਦਿੱਤੇ ਨਾਲ ਹੀ ਮਜ਼ਦੂਰ ਨੂੰ ਕਿਹਾ ਕਿ ਜੇਕਰ ਉਸਨੇ ਕੰਮ ਬੰਦਾ ਨਾ ਕੀਤਾ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਇਸ ਦਰਾਂਕ ਤਬੈਕਤਾਂ ਨੇ ਮਜ਼ਦੂਰ ਦੇ ਕਟਮਾਰ ਕੀਤੇ ਅਤੇ ਲੋਕਾਂ ਦੇ ਬੈਠਣ ਦੇ ਲਈ ਬਣੇ ਫੜੇ ਨੂੰ ਤੋੜ ਦਿੱਤਾ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਨਿਸ਼ਾਨ ਸੰਘਾ ਤੇ ਹਦੇ ਸਾਥੀਆਂ ਦੇ ਖਿਲਾਫ ਕੇਸਾ ਦਰਜ ਕਰ ਲਿਆ ਤੇ ਮਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਗਲੀ ਖਬਰ ਹੈ ਕਿ ਕਿਸਾਨ ਆਗੂ ਨੇ ਕਿਹਾ ਹੈ ਕਿ ਧਾਰਨਾ ਰੱਦ ਨਹੀਂ ਹੋਵੇਗਾ। ਜੀ ਹਾਂ ਦੋਸਤੋ 22 ਅਗਸਤ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਚੰਡੀਗੜ੍ਹ ਵਿਖੇ ਧਾਰਨੇ ਦਾ ਐਲਾਨ ਕੀਤਾ ਗਿਆ ਸੀ 22 ਅਗਸਤ ਧਾਰਨੇ ਤੋਂ ਪਹਿਲਾਂ ਹੀ ਪੁਲਤ ਦੇ ਵੱਲ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਹੁਣ ਪ੍ਰੈਸ ਭਾਰਤਾ ਜਰੀਏ ਕਿਹਾ ਹੈ ਕਿ ਹੜ੍ਹ ਪੇਟ ਦਾ ਲੋਕਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਕਿਸਾਨਾਂ ਨੇ ਮੰਗ ਕੀਤੀ ਸੀ ਪਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਿਸ ਨੂੰ ਲੈ ਕੇ ਚੰਡੀਗੜ੍ਹ ਧਰਨਾ ਲੱਗਣਾ ਸੀ ਪਰ ਜਿਸ ਤਰ੍ਹਾਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਉਸ ਦੇ ਨਾਲ ਧਰਨਾ ਰੱਦ ਨਹੀਂ ਹੋਣਾ ਅਗਲੀ ਖਬਰ ਹੈ ਸੜਕ ਸੁਰੱਖਿਆ ਨੂੰ ਲੈ ਕੇ ਵੱਡਾ ਕਦਮ ਮੰਤਨਾ ਗੱਟਕਰੀ ਭਲਕੇ ਲਾਂਚ ਕਰਨਗੇ ਭਾਰਤ NCAP ਤਾਂ ਦੋਸਤੋ ਕੇਂਦਰੀ ਸੜਕਾ ਟ੍ਰਾਂਸਪੋਰਟ ਅਤੇ ਹਾਈਵੇ ਜਮੰਤਰੀ ਨਤਨਾ ਗੜਕਰੀ ਲੰਬੇ ਸਮੇਂ ਤੋਂ ਇਹ ਸੜਕ ਸੁਰੱਖਿਆ ਨੂੰ ਲੈ ਕੇ ਕਾਫੀ ਯਤਨ ਕਰ ਰਹੇ ਹਣ ਤੇ ਹੁਣ ਇਹਨਾਂ ਯਤਨਾਂ ਨੂੰ ਵੱਡੇ ਸਫਲਤਾ ਮਿਲਣ ਵਾਲੀ ਹੈ ਜੀ ਹਾਂ 22 ਅਗਸਤ ਨੂੰ ਗੜਕਰੀ ਭਾਰਤ ਦਾ ਆਪਣਾ ਕਾਰ ਦੁਰਘਟਨਾ ਸੁਰੱਖਿਆ ਪ੍ਰੋਗਰਾਮ ਭਾਰਤ NCAP ਲਾਂਚ ਕਰਨ ਜਾ ਰਹੇ ਹਨ ਤੇ ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ ਦੇ ذریعے ਇੱਥੇ ਨਰਮਤਾ ਕਾਰਾਂ ਨੂੰ ਕ੍ਰੈਸ਼ ਟੈਸਟ ਕਰਨ ਤੋਂ ਬਾਅਦ ਸੁਰੱਖਿਆ ਰੇਟਿੰਗ ਦਿੱਤੀ ਜਾਂਦੀ ਹੈ। ਵਰਤਮਾਨ ਵਿੱਚ ਬਹੁਤ ਸਾਰੀਆਂ ਮੇਡ ਇਨ ਇੰਡੀਆ ਕਾਰਾਂ ਗਲੋਬਲ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ ਦੇ ਬੱਚੇ ਹਿੱਸਾ ਲੈਂਦੇ ਹਨ ਤੇ ਬਾਲਗ ਯਾਤਰੀ ਸੁਰੱਖਿਆ ਤੇ ਬੱਚਿਆਂ ਦੇ ਸੁਰੱਖਿਆ ਦੇ ਬੱਚੇ ਉਹਨਾਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਸੁਰੱਖਿਆ ਰੇਟਿੰਗਾਂ ਦਿੱਤੀਆਂ ਜਾਂਦੀਆਂ ਹਨ। ਟਾਟਾ ਮੋਟਰ ਜਾਂ ਤੇ ਮਹਿੰਦਰਾ ਦੇ ਨਾਲ ਨਾਲ ਸਕੋਡਾ ਤੇ ਬੋਲਸ ਵੈਗਨ ਦੀਆਂ ਕਈ ਕਾਰਾਂ ਨੂੰ 5 ਸਟਾਰ ਰੇਟਿੰਗ ਮਿਲੀ ਹੈ। ਅਗਲੀ ਖਬਰ ਸੁੱਧਮੂਸੇਵਾਲਾ ਨੂੰ ਆਤਵਾਦੀ ਕਹਿ ਬੁਰਾ ਫਸਿਆ ਪੁਲਿਸ ਅਧਿਕਾਰੀ ਸਭ ਦੇ ਸਾਹਮਣੇ ਮੰਗੇ ਮੁਆਫੀ ਤਾਂ ਦੋਸਤੋ ਪੰਜਾਬੀ ਗਾਇਕ ਸੁੱਧਮੂਸੇਵਾਲਾ ਨੂੰ ਆਤਵਾਦੀ ਕਹਿਣ ਵਾਲੇ ਪੁਲਿਸ ਅਧਿਕਾਰੀ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅਤੀਜੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਤੋਂ ਬਾਅਦ ਪਰਚਾਂਸ਼ ਕੰਦੇ ਵੱਲੋਂ ਲਗਾਤਾਰ ਆਪਣਾ ਗੁੱਸਾ ਜਤਾਇਆ ਜਾ ਰਿਹਾ ਸੀ ਦੱਸਦੇ ਕਿ ਲੋਕਾਂ ਨੇ ਬੁਲਾਇਆ ਸੀ ਵੀਡੀਓ ਦੇ ਉੱਪਰ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਸਭ ਦੇ ਸਾਹਮਣੇ ਆਕੇ ਮਾਫੀ ਮੰਗੇ ਆ ਤੁਹਾਨੂੰ ਦੱਸ ਦिए ਕਿ ਇੰਸਟਾਗ੍ਰam ਹੈਂਡਲ ਦੇ ਉੱਪਰ ਇੱਕ ਆ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਆ ਪੁਲਿਸ ਅਧਿਕਾਰੀ ਆਪਣੇ ਗਲਤੀ ਦੇ ਲਈ ਮਾਫੀ ਮੰਗਦੇ ਹੋਏ ਦਿਖਾਈ ਦੇ ਰਿਹਾ ਤੇ ਪੰਜਾਬ ਦਾ ਪੈਸਾ ਦਿੱਲੀ ਦੇ ਸੀਐਮ ਨੂੰ ਖੋਸ਼ ਆਕਰਨ ਲਈ ਵਰਤਿਆ ਜਾ ਰਿਹਾ ਚੰਨੀ ਪੰਜਾਬ ਦਾ ਪੈਸਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੋਸ਼ ਆਕਰਨ ਲਈ ਵਰਤਿਆ ਜਾ ਰਿਹਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਦਲੇ ਸਰਕਾਰ ਪੰਜਾਬ ਦੇ ਸਰੋਤਾਂ ਨੇ ਵਰਤੋਕਾਰਿਆ ਜਹਾਜ਼ਾ ਜਹਾਇਦੀ ਵਰਤੋ ਕੀਤੀ ਜਾ ਰਹੀ ਆ ਉਹਦਾ ਇੱਕ ਘੰਟੇ ਦਾ ਖਰਚਾ ਕਰੀਬ 10 ਲੱਖ ਰੁਪਏ ਹੈ ਸੀਐਮ ਮਾਨ ਕਹਿ ਰਿਹਾ ਨੂੰ ਦੇਸ਼ ਭਰ ਦੇ ਵਿੱਚ ਇੱਕ ਜਹਾਜ਼ ਵਿੱਚ ਲੈ ਕੇ ਜਾ ਰਹੇ ਹਾਂ ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਹਿ ਕੇ ਪਹਿਲਾਂ ਤੁਸੀਂ ਦਿੱਲੀ ਨੂੰ ਲੁੱਟ ਕੇ ਕਬਜ਼ਾ ਕੀਤਾ ਹੁਣ ਪੰਜਾਬ ਨੂੰ ਲੁੱਟ ਕੇ ਪੂਰੇ ਦੇਸ਼ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ 1.5 ਸਾਲ ਦੇ ਵਿੱਚ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਸਾਬਕਾ ਸੀਐਮ ਚੰਨੀ ਨੇ ਮਾਨ ਨੂੰ ਆਪਣੇ ਪੁਰਾਣੇ ਪੇਸ਼ੇਤੇ 파ਰਤਨ ਦੇ ਸਲਾਹ ਦਿੰਤੇ ਹੈ ਅਗਲੀ ਖਬਰ ਹੈ ਚੌਲਾਂ ਦੇ ਭਾਅ ਦੇ ਵਿੱਚ ਜਬਰਦਸਤ ਉਛਾਲ ਏਸ਼ੀਆ ਵਿੱਚ 15 ਸਾਲਾਂ ਦੇ ਰਿਕਾਰਡ ਅ ਪੱਧਰ ਤੇ ਪਹੁੰਚੀ ਕੀਮਤ ਤਾਂ ਉਸ ਤੋਂ ਪਿਛਲੇ ਕਈ ਦਿਨਾਂ ਤੋਂ ਦੁਨੀਆ ਭਰ ਦੇ ਵਿੱਚ ਚੌਲਾਂ ਦੀ ਕੀਮਤ ਦੇ ਵਿੱਚ ਜਬਰਦਸਤ ਵਾਧਾ ਹੋਇਆ ਹੈ ਇਹਦਾ ਅਸਰ ਏਸ਼ੀਆਈ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਏਸ਼ੀਆ ਦੇ ਵਿੱਚ ਚੌਲਾਂ ਦੀ ਕੀਮਤ ਲਗਭਗ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਭਾਰਤ ਤੋਂ ਗੈਰ ਬਾਸਮਤੀ ਚੌਲਾਂ ਦੇ ਬਰਾਮਦ ਅਤੇ ਲਗਾਈ ਗਈ ਪਾਬੰਦੀ ਅਤੇ థਾਈਲੈਂਡ ਵਿੱਚ ਸੁਕੇ ਦੇ ਕਾਰਨ ਘਾਟਾ ਪੈਦਾਵਾਰ ਦਾ ਅਸਰ ਹੁਣ ਚੌਲਾਂ ਦੀਆਂ ਕੀਮਤਾਂ ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਗੈਰ ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਭਾਰਤ ਨੇ ਲਗਾਈ ਪਾਬੰਦੀ ਬੀਤੇ ਦਿਨੀ ਭਾਰਤ ਨੇ ਘਰੇਲੂ ਮੰਗ ਨੂੰ ਪੂਰਾ ਕਰਨ ਦੇ ਲਈ ਗੈਰ ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਵਿਸ਼ਵ ਪੱਧਰ ਤੇ ਚੌਲਾਂ ਦੀ ਕੀਮਤ ਵਿੱਚ ਵਾਧਾ ਹੋਇਆ ਜਿਸ ਕਾਰਨ ਗਲੋਬਲ ਸਪਲਾਈ ਚੇਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਦੱਸ ਰਿਹਾ ਕਿ ਚੌਲਾਂ ਦੇ ਵਿਸ਼ਵ ਨਰੇਯਾਤ ਵਿੱਚ ਭਾਰਤ ਦੀ 40% ਹਿੱਸੇਦਾਰੀ ਹੈ ਅਜਿਹੇ ਵਿੱਚ ਗੈਰ ਬਾਸਮਤੀ ਚੌਲਾਂ ਦੇ ਪਾਬੰਦੀ ਲਗਾਉਣ ਤੇ ਸਰਕਾਰ ਦੇ ਫੈਸਲੇ ਤੋਂ ਬਾਅਦ ਇਸ ਪਦਾਰਥ ਦੀ ਕੀਮਤ ਵਿੱਚ ਵੱਡੀ ਅਸਥਿਰਤਾ ਆ ਸਕਦੀ ਹੈ